ਹਾਂ ਦੇਖੋ ਬਾਈ ਨੇ ਬ੍ਰੇਕਾਂ ਨੱਪ ਨੱਪ ਕੇ ਐਨ ਦੇਖਿਆ ਖਿਲਾ ਦਾ ਟਰੈਕਟਰ ਜਮਾਂ ਲੋਡ ਨਹੀਂ ਮੰਨਦਾ ਬੰਦ ਹੁੰਦੇ ਨਹੀਂ ਟਰੈਕਟਰ ਜੀ ਐਸ ਟਰਬੋ ਵਾਲੇ ਦੂਜੇ ਹਾਈ ਦੇ ਵਿੱਚ ਮਤਲਬ 50-70 ਮਿੰਟ ਡਰੋਪ ਕਰ ਜੀ ਐਸ ਬਾਈ ਟਰਬੋ ਵਾਲੇ ਮੋਗਾ ਸ਼ਹਿਰ ਦੇ ਜਿਹੜੇ ਪੂਰੀ ਮਸ਼ਹੂਰ ਆ ਆਹ ਬਾਈ ਹੁਣੀ ਆਇਆ ਚੈੱਕ ਕਰਨ ਵਾਸਤੇ ਸਾਰੇ ਦੇ ਟਰਬੋ ਲੱਗਿਆ ਹੋਇਆ ਸਾਰੇ ਦੇ ਉੱਤੇ ਅਤੇ ਇਹ ਸਾਰੇ ਇੱਥੇ ਚੈੱਕ ਹੋਣਗੇ ਇੱਕ ਆ ਗਿਆ ਬਾਈ ਘੜੇ ਸੋ ਘੜੇ ਜੀ ਐਸ ਟਰਬੋ ਵਾਲਾ ਬਾਈ ਟਰਬੋ ਲੱਗੇ ਹੋਇਆ ਬਾਈ ਇਹਨਾਂ ਦੇ ਅਤੇ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਆਪਾਂ ਇਹਨਾਂ ਨੂੰ ਦਿਖਾਉਂਦੇ ਸਾਨੂੰ ਸਾਰੇ ਤੁਸੀਂ ਕਿਹੜੇ ਰੇਟ 'ਤੇ ਲਵਾਇਆ ਟਰਬੋ 260 'ਤੇ ਲਵਾਇਆ ਅਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਸੀ ਬਾਈ ਹੁਣੀ ਵੀ ਜੀ ਐਸ ਵਾਲੇ ਲਾਉਂਦੇ ਆ ਵੀ ਟਰਬੋ ਵੀਡੀਓ ਵਗੈਰਾ ਦੇਖੀਆਂ ਸੀਗੀਆਂ ਅਤੇ ਅੱਜ ਤੁਸੀਂ ਫਿਰ ਚੈੱਕਅਪ ਕਰਨ ਆਇਆ ਵੀ ਕਿੰਨੇ ਦਿਨਾਂ ਬਾਅਦ ਲੱਗ ਗਿਆ ਸੀ ਟਰਬੋ ਲਾਤਾ ਹਾਂਜੀ ਕਿੰਨੇ ਦਿਨਾਂ ਬਾਅਦ ਟਰਬੋ ਲੱਗ ਗਿਆ ਵੀਰ ਹੁਣ ਲਾਤਾ ਤੁਹਾਡੇ ਰੇਟ 'ਤੇ ਵੀ ਦੋ ਦਿਨਾਂ ਬਾਅਦ ਲਾਤਾ ਕਿ ਤਿੰਨ ਦਿਨਾਂ ਬਾਅਦ ਲਾਤਾ ਅੱਛਾ ਕੱਲ੍ਹ ਹੀ ਲਾਤਾ ਜਾਣੇ ਮੌਕੇ ਲਾ ਦਿੰਦੇ ਨੇ ਜਾਣੀ ਕਿ ਅਪੁਆਇੰਟਮੈਂਟ ਦੀ 18 ਤਰੀਕ ਦੀ ਮਿਲੀ ਅੱਛਾ ਜੀ 18 ਤੋਂ ਬਾਅਦ ਮੁੜ ਕੇ 7 ਮਿਲ ਗਈ ਹਾਂਜੀ ਤਰੀਕ ਲੈ ਕੇ ਤੁਸੀਂ ਆ ਗਏ ਸੀਗੇ ਅਤੇ ਵੀਰ ਹੁਣਾਂ ਦੇ ਸੁਬਾਹ ਲਾ ਅਤੇ ਲਾ ਕੇ ਸ਼ਾਮ ਤੱਕ ਲਾ ਕੇ ਤੁਹਾਨੂੰ ਤਿਆਰ ਕਰਕੇ ਦੇ ਦਾਂ ਤਰ ਦਾ ਸਭ ਤੋਂ ਅਸੀਂ ਤਰ ਦਾ ਪੱਟੀ ਪੱਟੀ ਦੇ ਲਾ ਕੇ ਠੀਕ ਆ ਜੀ ਬਹੁਤ ਹੀ ਚੈੱਕ ਹੁੰਦੇ ਆ ਜੀ ਐਸ ਵਾਲਿਆਂ ਦੇ ਟਰਬੋ ਲੱਗਣੇ ਆ ਅਤੇ ਬਾਕੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਾਲ ਦੀ ਨਾਲ ਹੋਈ ਜਾਊਗੀ ਫਿਰੋਜ਼ਪੁਰ ਤੋਂ ਆਇਆ ਤੁਸੀਂ 4005 ਤੋਂ ਲਵਾਉਣਾ ਅੱਜ ਹਾਂਜੀ ਹਾਂਜੀ ਪਹਿਲਾਂ ਹੋ ਗਿਆ ਟਰਬੋ ਲੱਗਿਆ ਕਿਵੇਂ ਰੇਟ ਉਹ ਵਧੀਆ ਠੀਕ ਜਿਹਾ ਆਉਂਦਾ ਪਹਿਲਾਂ ਨਾਮ ਸੁਣਿਆ ਸੀ ਬਾਈ ਦਾ ਕਿ ਵੀਡੀਓ ਵਗੈਰਾ ਦੇਖੀਆਂ ਬਾਈ ਦੀਆਂ ਬਾਈ ਦਾ ਵੀਡੀਓ ਦੇਖੀ ਇਹ ਸਭ ਵੀਡੀਓ ਦੇਖ ਕੇ ਤੁਸੀਂ ਵੀਰ ਕੋਲ ਆ ਗਏ ਜੀ ਐਸ ਦਾ ਕਿਹੜਾ ਏਰੀਆ ਵੀਰੇ ਤੁਹਾਡਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਹਾਂਜੀ ਪਿੰਡ ਅੱਜ ਲਵਾਉਣਾ ਤੁਸੀਂ ਟਰਬੋ ਅੱਜ ਹਾਂਜੀ ਕਿਵੇਂ ਵੀ ਮੁਲਾਕਾਤ ਕਿਵੇਂ ਹੋਈ ਬਾਈ ਨਾਲ ਰੀਲਾਂ ਦੇਖ ਕੇ ਜਾਂ ਉੱਦਾਂ ਰੀਲਾਂ ਕੱਲਾ 960 ਦੇ ਅੱਜ ਬਾਈ ਹੁਣ ਰਾਤ ਤਾਂ ਤੁਹਾਨੂੰ ਆਇਆ ਵੀਰ ਹੋਣੀ ਆਹੋ ਕੱਲ ਚੈੱਕ ਕਰਕੇ ਗਏ ਸੀ ਨਾ ਇੱਥੇ ਇੱਕ 960 ਵਾਲੇ 960 ਉਹਦੇ ਖੜਾ ਵੀਰ ਹੋਣੀ ਉਹ ਖੜਿਆ ਪਰੇ ਉਹਨਾਂ ਦੀ ਤਾਂ ਉਹ ਕਦੇ ਤਾਂ ਤਾਂ ਨੇੜੇ ਪੱਟੀ ਪਿੰਡ ਆ ਕੋਈ ਪੱਟੀ ਦੇ ਕੋਲੇ ਪਿੰਡ ਆ ਨਹੀਂ ਨਹੀਂ ਸੈਂਪਲ 960 ਸਵਰਾ ਫੋਰ ਵੀਲ ਚੈੱਕ ਹੋ ਕੇ ਗਿਆ ਇੱਥੋਂ ਨੇੜੇ ਹੋਈ ਅੱਛਾ ਦੋ ਰੇਟ ਦਾ ਰੇਟ ਹੈ ਰੋਜ ਜੀ ਐਸ ਵਾਲੇ ਵੀਰ ਦੀ ਜੀ ਐਸ ਵਾਲਿਆ ਇਹ ਪੂਰੇ ਮਸ਼ਹੂਰ ਆ ਜੀ ਐਸ ਮੋਗਾ ਵਾਲੇ ਆ ਜਿਹੜੇ ਹੁਣ ਚੈੱਕ ਹੋ ਰਹੇ ਟਰੈਕਟਰ ਇਹ ਸੈਂਪਲ ਚੈੱਕ ਹੋ ਰਿਹਾ ਟਰਬੋ ਤੋਂ ਬਿਨਾਂ ਕੰਪਨੀਆਂ ਲੱਗਿਆ ਹੋਊਗਾ ਬਾਈ ਜੀ ਲੱਗਿਆ ਹੋਵੇ ਉਹ ਵੱਖਰੀ ਗੱਲ ਆ ਅਤੇ ਬਾਅਦ 'ਚ ਚੈੱਕ ਹੋਣਗੇ ਲੱਗੇ ਤੋਂ ਬਾਅਦ ਦੁਬਾਰਾ ਫਿਰ ਜੀ ਐਸ ਵਾਲਾ ਟਰੈਕਟਰ ਲਾਊਗਾ ਇੱਕ ਤੁਹਾਨੂੰ ਦਿਖਾਵਾਂਗੇ 960 'ਤੇ ਲੱਗਿਆ ਵਾ ਟਰਬੋ ਲਾ ਕੇ ਲਾਇਆ ਵਾ ਜੀ ਐਸ ਵਾਲਿਆਂ ਨੇ ਵੀਰ ਹੋਣਾਂ ਨੇ ਤੁਹਾਨੂੰ ਉਹ ਵੀ ਤੁਹਾਨੂੰ ਚੱਲਦਾ ਦਿਖਾਵਾਂ ਮਤਲਬ ਕਿ ਸੁੱਖ ਨਾਲ ਬੜੇ ਰੋਡ ਦੇ ਨਾਲ 60 ਵਜੇ ਜ਼ਿਆਦਾ ਟਰਬੋ ਲੱਗਿਆ ਜੀ ਐਸ ਵਾਲਾ ਕਿਹੜਾ ਏਰੀਆ ਵੀਰੇ ਆਪਣਾ ਮੁੱਲਾਪੁਰ ਇਹ ਕੱਲ੍ਹ ਲਵਾਇਆ ਵਾ ਵੀਰ ਜੀ ਆਪਣੀ ਜੀ ਗੂਗਲ ਮੈਪ ਤੇ ਹੈਗੀ ਲੋਕੇਸ਼ਨ ਆਪਣੀ ਫਿਰ ਵੀ ਪਤਾ ਕੋ ਮੁੱਗਾ ਭਰ ਲਿਓ ਠੀਕ ਹੈ ਜੀ ਕਿਹੜੇ ਰੋਡ ਤੇ ਬਾਈ ਜੋ ਮੇਨ ਰੋਡ ਤੇ ਉੱਤੇ ਪੱਕੇ ਦਸਾਂ ਰੋਡ ਤੇ ਪੱਕੇ ਦਸਾਂ ਰੋਡ ਤੇ ਸਰਕਾਰ ਸਕੂਲ ਵਾਲਾ ਰੋਡ ਉੱਥੇ ਪੱਕੇ ਦਸਾਂ ਰੋਡ ਤੇ ਤਰਬ ਆਪਾਂ ਹਰੇਕ ਟਰੈਕਟਰ ਲਾ ਦਿੰਨੇ ਆ ਜਿਹੜਾ ਮਰ ਤੇ ਕਿੰਨੀ ਕਿ ਰੇਂਜ ਟਰੈਕਟਰ ਦਾ ਆਮ ਤਰਬ ਲੱਗ ਜਾਣਾ ਕਿੰਨੀ ਕਿ ਰੇਂਜ 30000 ਤੋਂ ਸਟਾਰਟ ਹੁੰਦੀ ਵੀਰੇ 62000 ਤੱਕ ਪਹੁੰਚਦਾ ਇਹ ਕਿੰਨੇ ਕਿੰਨੇ ਨੰਬਰ ਦਾ ਹੁੰਦਾ 25 ਨੰਬਰ 30 ਨੰਬਰ ਕਿੰਨਾ ਹੁੰਦਾ ਕੀ ਸਿਸਟਮ ਹੁੰਦਾ 25 ਨੰਬਰ ਨਹੀਂ ਆਪਾਂ ਲਾਉਂਦੇਗੇ 42
25 ਨੰਬਰ 4 ਕੈਚ ਪੀ ਵਧਾਉਂਦਾ ਕੰਪਨੀ ਵਾਲਾ ਜਿਹੜਾ ਹੁੰਦਾ ਨਾ 4 ਅੱਛਾ ਜੀ ਹਾਂ ਉਹ ਨਹੀਂ ਲੱਗਦਾ ਉਹਦੇ ਨਾਲ ਨਹੀਂ ਕੋਈ ਫਰਕ ਪੈਂਦਾ ਜ਼ਿਆਦਾ 42 ਨੰਬਰ ਲੱਗਦਾ 55 ਨੰਬਰ ਲੱਗਦਾ 62 ਅਤੇ 72 ਨੰਬਰ ਬਾਕੀ ਦੂ ਤਾਂ ਉੱਪਰ ਬਾਹਰਲੇ ਮਾਡਲ ਵੀ ਆ ਜਾਂਦੇ ਆ ਉਹ 125 ਲੱਖ ਦੀ ਰੇਂਜ 'ਚ ਪਹੁੰਚ ਜਾਂਦੇ ਆ ਮਤਲਬ ਸਹੀ ਤਰੀਕੇ ਨਾਲ ਲੱਗਾ ਹੋਵੇ ਟਰਬੋ ਅਕਸਰ ਰੋਜ਼ ਦੇ ਚਾਰ ਚਾਰ ਟਰੈਕਟਰ ਆਪਾਂ ਲਾਉਣੇ ਜੇ ਗਰਮ ਹੁੰਦੇ ਹੁਣ ਤਾਂ ਫੋੜੋ ਹਾਂਜੀ ਫਿਰ ਟਰਾਇਲ ਹੋ ਰਹੀ ਆ ਟਰਾਈ ਹੋ ਰਹੀ ਆ ਜਾਣੀ ਕਿ ਤੇ ਵੀਰ ਹੋਣਾ ਟਰਬੋ ਲਾਇਆ ਜੀ ਐਸ ਵਾਲਿਆਂ ਨੇ ਜੀ ਐਸ ਮੋਗੇ ਵਾਲੇ ਪੂਰੇ ਹੀ ਮਸ਼ਹੂਰ ਆ ਦਸਾਂਝ ਰੋਡ ਪੱਕੇ ਦਸਾਂਝ ਰੋਡ ਦੇ ਉੱਤੇ ਇਹਨਾਂ ਦੀ ਸ਼ੋਪ ਆ ਵੀਰ ਹੋਣਾ ਦੱਸ ਦਿੱਤਾ ਵਾ ਦੇਖੋ ਐਂ ਜਮਾਂ ਹਾਲ ਥੱਲੇ ਸੁੱਟੇ ਹੋਇਆ ਦੋਨਾਂ ਲੀਵਰ ਥੱਲੇ ਸੁੱਟੇ ਹੋਇਆ ਹੁਣ ਤਾਂ ਟਰਬੋ ਲੱਗ ਗਿਆ ਇਹਨਾਂ 'ਤੇ 42 ਨੰਬਰ ਵੀਰ ਕਹਿੰਦਾ ਆਪਾਂ 42,000 40,000 ਦੀ ਰੇਂਜ 'ਚ ਲੱਗਿਆ ਵਾ 10 HP ਕਹਿੰਦਾ ਬਾਈਕ ਨਾਲ ਵੱਧ ਗਈ ਅਤੇ ਬਾਕੀ ਮਾੜਾ ਮੋਟਾ ਟਰੈਕਟਰ ਗਰਮ ਹੋਣ ਤੋਂ ਬਾਈ ਕਹਿੰਦਾ ਵੀ ਸਾਈਡ ਸੂਡ ਮਾੜੀ ਮੋਟੀ ਕਰਨੀ ਪੈਂਦੀ ਆ ਸਾਰੇ ਵੀਰ ਆਪੋ ਆਪਣੇ ਟਰੈਕਟਰ ਲੈ ਕੇ ਆਏ ਹੋਇਆ ਦੇਖਣ ਵਾਸਤੇ ਦੇਖੋ ਬਾਈ ਦੇ ਬ੍ਰੇਕਾਂ ਨੱਪ ਨੱਪ ਕੇ ਐਨ ਦੇਖਿਆ ਘਲਾ ਦਾ ਟਰੈਕਟਰ ਜਮਾਂ ਲੋਡ ਨਹੀਂ ਮੰਨਦਾ ਬੰਦ ਹੁੰਦੇ ਟਰੈਕਟਰ ਵੀ ਟਰੈਕਟਰ ਬੰਦ ਹੋ ਜੂ ਦੇਖੋ ਲੈ ਕਰ ਦੇਣਾ ਕੰਮ ਬਾਈ ਓਕੇ ਕੰਮ ਜੀ ਐਸ ਟਰਬੋ 960 'ਤੇ ਲਾਇਆ ਬਾਈ ਹੋਣਾਂ ਨੇ ਤਰਨ ਤਾਰਨ ਏਰੀਏ ਤੋਂ ਆਇਆ ਵੀਰ ਹੋਣੀ ਪੱਟੀ ਦੇ ਕੋਲ ਪਿੰਡ ਆ ਪੱਟੀ ਦੇ ਕੋਲ ਬਾਈ ਗੇਅਰ ਬਦਲ ਬਦਲ ਕੇ ਚੈੱਕ ਕਰਦਾ ਬਹਿ ਸਿੱਟੇ ਪਏ 11 ਹਾਲ ਤਾਂ ਮਸਲ ਸਿੱਟੇ ਹੋਏ ਆ ਅਤੇ ਹੁਣ ਭਜਾ ਲਿਆ ਟਰੈਕਟਰ ਦੇਖੋ ਹੁਣ ਮਾੜੇ ਤਾਂ ਹਾਲਤਾਂ ਚੱਕ ਲਏ ਸੀਗੇ ਬਾਈ ਹੁਣ ਕਰੂਗਾ ਕੁਛ ਫੇਰ ਉਹ ਗਿਆ ਕੇ ਥੱਲੇ ਸਿੱਟਦੇ ਜਮਾਂ ਫੇਰ ਟਰੈਕਟਰ ਦੀ ਆਵਾਜ਼ ਦਾ ਵੀ ਬਹੁਤ ਫਰਕ ਪਿਆ ਟਰੈਕਟਰ ਆਵਾਜ਼ ਜੀ ਦਾ ਜਦੋਂ ਸਵਰਾਜ ਵਾਲੀ ਆਵਾਜ਼ ਤਾਂ ਲੱਗਦੀ ਨਹੀਂ ਇਹ ਤੁਹਾਨੂੰ ਪਤਾ ਹੀ ਆ ਵੀ ਸਵਰਾਜ ਦੀ ਆਵਾਜ਼ ਕਿੰਨੀ ਜ਼ਿਆਦਾ ਹੁੰਦੀ ਆਪਾਂ ਨੂੰ ਪਤਾ ਹੀ ਆ ਸਭ ਨੂੰ ਤੋਰਾ ਹੀ ਬਹੁਤ ਵਧੀਆ ਪਿਆ ਟਰੈਕਟਰ ਦਾ ਤੋਰਾ ਹੀ ਲੱਗਿਆ ਪਿਆ ਘੈਂਟ ਗੱਲਬਾਤ ਹੋਈ ਪਈ ਆ ਜੀ ਐਸ ਟਰਬੋ ਵਾਲੇ ਜੀ ਐਸ ਟਰਬੋ ਮੋਗਾ ਬਾਈ ਨੂੰ ਨਾਲ ਭਾਅ ਜੀ ਦਾ ਟਰੈਕਟਰ ਆ ਜਾਂਦਾ ਨਾ ਹੁਣ ਹਾਂ ਕੱਢੂ ਚਗਿਆੜੇ ਬਾਈ ਫੇਰ ਦੱਸੂਗਾ ਹੁਣ ਚੱਕਰ ਵੀ ਬੰਦਾ 1000-1200 ਚੱਕਰ ਤਾਂ ਟਰੈਕਟਰ ਮਸਾਂ ਲੱਗਦਾ ਵਾ ਟਰੈਕਟਰ ਤੋਰ ਹੀ ਪਿਆ ਵਧ ਕੇ ਲਓ ਜੀ ਹਾਂ 53005 ਚੈੱਕ ਹੋਊਗਾ ਇਹਦਾ ਹੁਣ ਟਰਬੋ ਕੰਪਨੀਆਂ ਨਾਲ ਲੱਗਿਆ ਹੋਇਆ ਵਾ ਉਸ ਤੋਂ ਬਾਅਦ 'ਚ ਟਰਬੋ ਦੂਜਾ ਲਾ ਲੈਣਾ ਬਾਈ ਹੋਣਾਂ ਨੇ ਉਹ ਤੋਂ ਬਾਅਦ ਟਰਬੋ ਲਾ ਲੈਣਾ ਬਾਈ ਹੋਣਾਂ ਦੂਜਾ ਜੀ ਐਸ ਵਾਲਿਆਂ ਨੇ ਆਪਦਾ ਫਿਰ ਉਹ ਤੋਂ ਬਾਅਦ ਫਿਰ ਕੱਢੂ ਕੜੈਲ ਇਹ ਆ ਜਾਓ ਹੁਣ ਤੁਹਾਨੂੰ ਪਹਿਲਾਂ ਕੰਪਨੀ ਦਾ ਟਰਬੋ ਦਾ ਜ਼ੋਰ ਦਿਖਾਈਏ ਕਰਾਉਂਦਾ ਚੈੱਕ ਬਾਈ ਕਿਵੇਂ ਪਰਫੋਰਮੈਂਸ ਵਧੀਆ
ਦੂਜੇ ਹਾਈ ਦੇ ਵਿੱਚ ਮਤਲਬ 50 ਚੱਕਰ ਵੀ ਡਰੋਪ ਕਰਦਾ, ਲੀਵਰ ਸੱਟ ਕੇ ਚੱਲਦਾ, ਉੱਥੇ ਖੜੇ ਲੀਵਰ ਉੱਥੇ ਹੀ ਪਕੜੇ ਜਿੱਥੇ ਜਮ੍ਹਾਂ ਥੱਲਿਆਂ ਦੇ ਲੀਵਰਾਂ 'ਤੇ ਵੀ 50 ਚੱਕਰ ਵੀ ਡਰੋਪ ਨਹੀਂ ਕੀਤੀ ਟਰੈਕਟਰ ਨੇ, ਬਹੁਤ ਸੋਹਣਾ ਚੱਲਦਾ ਉਹ ਸੰਦੀਪ ਜੀ। ਠੀਕ ਹੈ, ਪਿੰਡ ਕਿਹੜਾ ਸੀ ਆਪਣਾ? ਮੁੱਠਿਆ। ਇਹ ਕਿੱਥੇ ਰਹਿ ਗਿਆ? ਤਰਨ ਤਰਨ ਜ਼ਿਲ੍ਹੇ ਤੋਂ। ਤਰਨ ਤਰਨ ਜ਼ਿਲ੍ਹੇ ਤੋਂ ਆਇਆ ਸੀ ਟਰੈਕਟਰ ਆਪਣੇ ਕੋਲ? ਕੱਲ੍ਹ ਆਏ ਸੀਗੇ ਜਾਂ ਕਿੱਦਾਂ ਸੀਗਾ? ਦੂਜਾ ਲਾ ਦੁਬਾਰਾ ਫੇਰ ਸਵਰਾਜ ਵਾਲੀ ਦੂਜਾ ਰਹਿੰਦਾ ਲਾ ਫੇਰ ਦੇਖੀ ਵੜ ਕਦੀ ਕੰਪਨੀ ਡਰ ਬਹੁਤ ਏਦਾਂ ਕਰਦਾ ਇਹ ਦੇਖੋ ਟਰੈਕਟਰ ਅਤੇ ਜੋ ਇਹਨਾਂ ਨੇ ਆਪਦਾ ਡਰ ਬੋਲਾ ਤਾ ਪਾਇਆ ਦੇਖੋ ਟਰੈਕਟਰ ਹੀ ਕਰਦਾ ਸਲਾਉਂਦਾ ਸਾਰਾ ਘੈਂਟ ਗੱਲਬਾਤ ਬਣ ਜਾਣੀ ਆ ਬਾਈ ਜਿਹੜੇ ਫਿਰੋਜ਼ਪੁਰ ਏਰੀਏ ਤੋਂ ਆਏ ਹੋਇਆ ਉਹ 5705 ਵਾਲੇ ਇਹ 2 ਵੀਲ ਦੇ ਵਿੱਚ ਆ 5705 ਸਿੰਪਲ ਟਰਬੋ ਲੱਗਿਆ ਹੋਇਆ ਕੰਪਨੀ ਵਾਲਾ ਸੁਣੋ ਬਾਅਦ ਟਰੈਕਟਰ ਦੱਬਦਾ ਕਹਿੰਦਾ ਟਰੈਕਟਰ ਦੇਖੋ ਅਤੇ ਜਿਹੜਾ ਤੁਸੀਂ 960 ਚੈੱਕ ਕੀਤਾ ਦੂਜੇ ਗੇਅਰ ਦੇ ਵਿੱਚ ਚਲਾਇਆ ਉਹ ਅਤੇ ਟਰਬੋ ਵੀ ਉਹ ਬਾਈ ਜਿਹੜਾ ਨੇ ਆਪਦਾ GS ਚਲਾਇਆ ਸੀ ਅਤੇ ਘੈਂਟ ਗੱਲਬਾਤ ਕਰਤੀ ਸੀ ਪੂਰੀ ਤੋਰਾ ਬਹੁਤ ਘੱਟ ਆ ਟਰੈਕਟਰ ਉਸ ਹਿਸਾਬ ਨਾਲ ਅਤੇ ਜਦੋਂ ਟਰਬ ਇਹਦੇ ਨਾਲ ਲੱਗ ਗਿਆ ਬਹੁਤ ਤੋਰਾ ਵੱਜ ਜਾਣਾ ਉਹ ਟਰੈਕਟਰ ਤੁਸੀਂ ਪਹਿਲਾਂ 960 ਤੋਂ ਬਾਅਦ ਤੁਸੀਂ ਚੱਲਦਾ ਦੇਖ ਹੀ ਲਿਆ ਉਹਨਾਂ ਨੇ ਵੀਰਾਂ ਨੇ ਟਰਬੋ GS ਨੇ ਆਪਦਾ ਲਾ ਦਾ ਉਹ ਅਤੇ ਬਾਕੀ ਇੰਟਰਵਿਊ ਵੀ ਤੁਸੀਂ ਵੀਰਾਂ ਦਾ ਸਾਰਾ ਤੁਸੀਂ ਸੁਣ ਹੀ ਲਿਆ ਵੀ ਘੈਂਟ ਗੱਲਬਾਤ ਆ ਕਹਿੰਦੇ ਕਰਦੇ ਆ ਪੂਰੀ ਹੁੰਦੇ ਨਾ ਜੇ ਕੋਈ ਮਾੜੀ ਮਾੜੀ ਘੱਟ ਵੱਧ ਵੀ ਆ ਬਾਈ ਹੁਣ ਟੂਲ ਕੋਲ ਰੱਖਿਆ ਹੋਇਆ ਨਾਲ ਹੀ ਟਰਬੋ ਦੀ ਸੈਟਿੰਗ ਇੱਥੇ ਨਾਲ ਹੀ ਕਰਕੇ ਖੇਤ ਦੇ ਵਿੱਚ ਟਰਬੋ ਦੀ ਐਨ ਤਸੱਲੀ ਕਰਾ ਕੇ ਅਤੇ ਐਂ ਪੂਰੀ ਸੈਟਿੰਗ ਵੈਟਿੰਗ ਕਰਕੇ ਅਤੇ ਟਰੈਕਟਰ ਮਾਲਕ ਦੀ ਤਸੱਲੀ ਕਰਾ ਕੇ ਉਸ ਤੋਂ ਬਾਅਦ 'ਚ ਟਰੈਕਟਰ ਨੂੰ ਤੋਰਦੇ ਆ ਘਰਾਂ ਨੂੰ ਇੱਥੇ ਪੂਰੀ ਤਸੱਲੀ ਕਰਦੇ ਹਾਂ ਬਾਈ ਚਾਬੀ ਆਪਾਂ ਤਾਂ ਬਾਈ ਹੁਣ ਨਾਲ ਹੀ ਰੱਖਦੇ ਗੱਡੀ ਦੇ ਵਿੱਚ ਸਾਰੀ ਸੈਟਿੰਗ ਵੈਟਿੰਗ ਜਿਹੜੀ ਮਾਰਦੀ ਘਾਟ ਵੱਢ ਹੋਈ ਮਾੜਾ ਮੋਟਾ ਨਾੜ ਢਿੱਲਾ ਫਿੱਟਾ ਕਰਨ ਵਾਲਾ ਮਾੜਾ ਮੋਟਾ ਤੇਲ ਵਧਾਉਣ ਘਟਾਉਣਾ ਜੋ ਵੀ ਹੋਇਆ ਜਿਵੇਂ ਵੀ ਸੈਟਿੰਗ ਕਰਨ ਵਾਲੀ ਹੋਈ ਬਾਈ ਹੁਣ ਨਾਲ ਹੀ ਕਰਕੇ ਤਸੱਲੀ ਪਾਇਆ ਪੂਰੀ ਤਸੱਲੀ ਕਰਕੇ ਮਾਲਕ ਨੂੰ ਫੇਰ ਫੇਰ ਤੋਂ ਟਰੈਕਟਰ ਦਿੰਦੇ ਆ ਕਹਿ ਦਿੰਦੇ ਹੁਣ ਵੀ ਲੈ ਜਾਂਦਾ ਸੀ ਤੇਰੀ ਤਸੱਲੀ ਆ ਤਾਂ ਕੋਈ ਫੇਰਿੰਗ ਦੇਖੋ ਬਾਈ ਜਿਹੜਾ ਕਿੰਨੀ ਵਧੀਆ ਪੂਰਾ ਘੈਂਟ ਗੱਲ ਬਹੁਤ ਟਰਬੋ ਲੱਗੇ ਤੇ GS ਟਰਬੋ ਲੱਗੇ ਤੇ ਫਾਰਮ ਟਰੈਕ 6055 ਡੀਲ ਆਇਆ ਮੱਲਾਪੁਰ ਤੋਂ ਟਰੈਕਟਰ ਲੈ ਗਏ ਕੀ ਬਾਤਾਂ ਹੀ ਆ ਦੇਖਿਆ ਬਾਈ ਹੁਣ ਚਾਬੀਆਂ ਪਾਉਂਦੇ ਤਾਂ ਹੀ ਬਾਈ ਨਾਲ ਰੱਖਦਾ ਜਿਹੜੀ ਮਾੜੀ ਮੋਟੀ ਜੇ ਘੱਟ ਵੱਢ ਰਹਿ ਵੀ ਜਾਵੇ ਨਾਲ ਹੀ ਸੈੱਟ ਕਰ ਦਿੰਦਾ ਕੰਮ ਨੂੰ ਸਰਾ ਬਹੁਤ ਫਰਕ ਪੈਂਦਾ ਬਈ ਟਰਬੋ GS ਵਾਲਾ ਦਾ ਇਹ ਟਰਬੋ 25 ਨੰਬਰ ਤਾਂ ਲਾਉਂਦੇ ਸੀ ਉਹ ਤੋਂ ਵੱਡਾ ਟਰਬੋ ਹੀ ਲਾਉਂਦੇ ਆ ਬਾਈ 25 ਨੰਬਰ ਨੂੰ ਤਾਂ ਬਾਹਲਾ ਛੋਟਾ ਮੰਨਦੇ ਆ ਅਤੇ ਆਪਣੇ ਲੋਕ 25 ਨੰਬਰ ਨੂੰ ਬਾਹਲਾ ਮੰਨਦੇ ਆ ਬਾਈ ਹੁਣ 23 ਨੰਬਰ 25 ਨੰਬਰ ਤਾਂ ਲਾਉਂਦੇ ਹੀ ਨਹੀਂ ਗੇ ਇਦੋਂ ਉੱਪਰਲਾ ਨੰਬਰ ਹੀ ਲਾਉਂਦੇ ਆ ਕਹਿੰਦੇ 23 ਅਤੇ 25 ਨੰਬਰ ਤਾਂ ਕਹਿੰਦੇ ਫਰਕ ਹੀ ਨਹੀਂ ਪਾਉਂਦਾ ਫਾਇਦਾ ਕੀ ਆ ਬਾਈ ਉਹ ਤਾਂ ਕਹਿ ਦਿੰਦੇ ਆ ਵੀ 2-3 ਪਾਵਰ ਹੀ ਵਧਾਉਂਦੇ ਆ
ਤੇ 30-32 ਹਜ਼ਾਰ ਦਾ ਆਮ ਬਾਈ ਹੋਣੀ ਕਿਤੇ ਆਪਾਂ ਲਾਉਂਦੇ ਹਾਂ, 32-33 ਹਜ਼ਾਰ ਤੋਂ ਸਟਾਰਟ ਹੁੰਦਾ, ਉਹ ਵੱਡਾ ਨੰਬਰ ਹੀ ਹੁੰਦਾ, 40-50-50 ਨੰਬਰ ਦੀ ਕਹਿੰਦੇ ਹੁੰਦਾ ਬਾਈ, ਕਹਿੰਦੇ ਵੀ ਉਹ ਨੰਬਰ ਲਾਉਂਦੇ ਹਾਂ ਬਾਈ ਹੋਣੀ। ਅਤੇ ਬਾਕੀ ਤੁਸੀਂ ਸਾਰੀ ਗੱਲਬਾਤ ਤੁਸੀਂ ਵੀਰੋ ਤੋਂ ਤੁਸੀਂ ਸੁਣ ਹੀ ਲਈ ਆ, ਜਿਹੜੀ ਬਾਈ ਸਾਰਾ ਕੁਛ ਵੀਰ ਹੋਣੀ ਦੱਸ ਰਹੀ ਆ। GS ਮੋਗੇ ਵਾਲੇ, GS ਟਰਬੋ ਵਾਲੇ ਮਾਪਤ ਤੁਹਾਨੂੰ ਆਪਾਂ ਦਿਖਾਇਆ ਜੀ, GS ਟਰਬੋ ਵਾਲੇ। ਅਤੇ ਬੜੇ ਕੋਲ ਵੀਡੀਓ ਨਾਲ ਅਗਲੀ ਵਾਰ ਮਿਲਦੇ ਤੁਹਾਨੂੰ, ਗਾਹ ਹੋਰ ਆਪਾਂ ਕੁਛ ਨਵਾਂ ਲੈ ਕੇ ਆਵਾਂਗੇ। ਅਤੇ ਵੀਡੀਓ ਕਰੋ ਪਤਾ ਸ਼ੇਅਰ, ਅਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਜ਼ਰੂਰ। GS ਟਰਬੋ ਵਾਲੇ ਆਪਾਂ ਤੁਹਾਨੂੰ ਅੱਜ ਦਿਖਾਇਆ, ਬੁਲਾਇਆ ਵੀਰ ਉਹਨਾਂ ਨੇ, ਅਤੇ ਉਹਨਾਂ ਨੇ ਆਪਦਾ ਕੰਟੈਕਟ ਨੰਬਰ ਭੇਜ ਦਿੱਤਾ, ਅਤੇ ਤੁਹਾਨੂੰ ਟਰੈਕਟਰ ਵੀ ਤੁਹਾਨੂੰ ਚੱਲ ਦਿਖਾਇਆ। ਧੰਨਵਾਦ।